ਦੇਣਗੇ ਕਿਉਂਕਿ ਅੱਜ ਦਾ ਦੌਰ ਹੈ ਅੱਗ ਲੱਗ ਗਈ ਹਰ ਪਾਸੇ ਸੋ ਰੱਬ ਦੀ ਚੰਗੇ ਗਾਣੇ ਕੋਈ ਨਹੀਂ ਸੁਣਦਾ ਅਗਲੇ ਕਹਿੰਦੇ ਨੇ ਮੰਜੀ ਵਿੱਚ ਡਾਂਗ ਫੇਰਦਾ ਪਤਾ ਨਹੀਂ ਕਿਹੜਾ ਦੌਰ ਆ ਗਿਆ ਲੇਕਿਨ ਮੇਰੇ ਵੱਡਿਆਂ ਨੇ ਹਮੇਸ਼ਾ ਸਬਕ ਦਿੱਤਾ ਸੀ ਮੈਂ ਚਾਹਤਾ ਤੇ ਮੈਂ ਉਹ ਸਬਕ ਬੁਲਾ ਰਿਹਾ ਮੇਰੇ ਵੱਲ ਸਭ ਆਖਦੇ ਸਨ ਸਾਰੇ ਰਲ ਕੇ ਪਾਣਗੇ ਉਹ ਸਾਰੇ ਰਲ ਕੇ ਪਾਣਗੇ
ਮੁੰਡੇ ਨੂੰ ਵੀ ਸੁਆਦ ਆ ਰਿਹਾ ਜੇ
ਅੱਛਾ ਤੋਂ ਮੁੰਡੇ ਨੇ ਕੁੜੀ ਨੂੰ ਛੇੜਿਆ ਤੇ ਕੁੜੀ ਆਖਦੀ ਏ ਉਹ ਬੱਲੇ ਬੱਲੇ ਜੇ ਤੇਰੀ ਮੁੱਛ ਨੀ ਹੈਗੀ ਤੇ ਬੋਲ ਤੋਂ ਬਾਅਦ ਰੱਖ ਲਈ ਉਹ ਬੱਲੇ ਬੱਲੇ ਯਾਰ ਇਹ ਮੈਂ ਮੁੰਡੇ ਦੀ ਗੱਲ ਕਰਨਾ ਇੱਥੇ ਤੱਕ ਬਾਬਾ ਵੀ ਖਲੋਤਾ ਜੀ ਦੀ ਮੁੱਛ ਕੋਈ ਧਮਾਲ ਕਹਿਣੀ ਹੈ ਲੇਕਿਨ ਉਸ ਤੋਂ ਪਹਿਲਾਂ ਮੇਰਾ ਤਾਰਫ ਮੌਜੂਦ ਹੈ ਕਿ ਜਿਨ੍ਹਾਂ ਦੇ ਸਿਰ ਹੈ ਅੱਜ ਦੇ ਪ੍ਰੋਗਰਾਮਾਂ ਦਾ ਪੂਰੀ ਟ੍ਰੇਨ ਦੀ ਜਿਹੜੀ ਸਦਾਰਤ ਕਰ ਰਹੇ ਨੇ ਉਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਮੁਹੰਮਦ ਅਲੀ ਚੱਚ ਇਹ ਮੇਰਾ ਭਰਾ ਕਹਿੰਦਾ ਜਿਹੜੀ ਪੰਜਾਬ ਪੁਲਿਸ ਇੱਥੇ ਦੀ ਡਿਊਟੀ ਕਰ ਰਹੀ ਹੈ ਇਧਰ ਉਹਦੇ ਵਾਸਤੇ ਵੀ ਜ਼ੋਰਦਾਰ ਤਾੜੀਆਂ ਸਾਡਾ ਇਦਾਰਾ PNCA ਨੈਸ਼ਨਲ ਕੌਂਸਲ ਆਫ ਆਰਟਸ ਜਿਹੜੀ ਪਾਕਿਸਤਾਨ ਦਾ ਇਦਾਰਾ ਹੈ ਤੁਹਾਡੇ ਇਲਾਕੇ ਚੋਂ ਕੋਈ ਬੰਦਾ ਫਨਕਾਰ ਬਣਨਾ ਚਾਹੇ ਵੱਡੀ ਸੱਤਾ ਤੱਕ ਜਾਣਾ ਚਾਹੇ ਤੇ ਪੂਰੇ PNCA ਦੀ ਟੀਮ 26 ਨੰਬਰ ਬੋਗੀ ਦੇ ਵਿੱਚ ਸਾਡੇ ਬੌਸ ਤਸ਼ਰੀਫ ਫਰਮਾ ਨੇ ਉਹਨਾਂ ਨੂੰ ਮਿਲੋ ਆਪਣਾ ਐਡੀਸ਼ਨ ਦਿਓ ਕਿਉਂਕਿ ਸਾਰੇ TV ਸਾਡੇ ਨਾਲ ਨੇ ਸਾਰੇ ਰੇਡੀਓ ਇਸ ਵਕਤ ਸਾਡੇ ਨਾਲ ਟ੍ਰੇਨ ਵਿੱਚ ਸਫ਼ਰ ਕਰ ਰਹੇ ਨੇ ਤੁਹਾਡੇ ਇਲਾਕੇ ਚੋਂ ਕਿਉਂਕਿ ਅਸੀਂ ਅਰਸੇ ਬਾਅਦ ਆਏ ਹਾਂ ਕੋਈ ਫਨਕਾਰ ਬਣਨਾ ਚਾਹੁੰਦਾ ਹੈ ਸਾਡੇ ਬੌਸ ਨੂੰ ਆ ਕੇ ਮਿਲੇ ਮੈਂ ਬੌਸ ਦਾ ਤਾਰਫ ਕਰਨ ਲੱਗਾ ਤੁਹਾਡੀਆਂ ਜ਼ੋਰਦਾਰ ਤਾੜੀਆਂ ਮੁਹੰਮਦ ਸ਼ਫੀ ਖਾਨ ਸੋਹਣਾ ਤੇ ਮਨਮੋਹਣਾ ਮੁੰਡਾ ਵੇਖ ਰਹੇ ਸੋ ਜਿਹੜਾ ਹੋਸਟਿੰਗ ਕਰ ਰਿਹਾ ਹੋਏ ਨੇ ਤੇ ਬੱਕਰੇ ਵਰਗੀ ਦਾੜੀ ਰੱਖੀ ਪੁਰਾਣੇ ਦੌਰ ਚ ਹੁੰਦਾ ਸੀ ਕਿ ਬੋਲ ਬੱਕਰੇ ਦੀ ਇਹੋ ਜਿਹੀ ਦਾੜੀ ਹੁੰਦੀ ਸੀ ਤੇ ਅੱਜ ਕੱਲ੍ਹ ਮੁੰਡੇ ਰੱਖੀ ਫਿਰਦੇ ਨੇ ਉਹ ਕੁਝ ਖਿਆਲ ਕਰੋ ਮੁੰਡੇ ਲੱਗਦਾ ਤੁਹਾਨੂੰ ਵੀ ਬੋਲ ਹੀ ਪੈ ਗਈ ਬੜਾ ਸੋਹਣਾ ਤੇ ਮਨਮੋਹਣਾ ਮੁੰਡਾ ਜਿਹੜਾ ਹੁਣੇ ਹੋਸਟਿੰਗ ਕਰ ਰਿਹਾ ਸੀ ਇਹ ਸਿਰਫ ਸਾਡਾ ਕੰਪੇਅਰ ਨਹੀਂ ਹੈਗਾ ਅਸਲ ਵਿੱਚ ਇਹ ਸਾਡੇ PNCA ਦਾ ਡਾਇਰੈਕਟਰ ਹੈ ਜਿਹਦੇ ਸਿਰ ਸਿਰ ਆਏ ਸਾਡੀ ਪੂਰੀ ਟੀਮ ਲੈ ਕੇ ਆਇਆ ਹੈ ਤੁਹਾਡੀਆਂ ਜ਼ੋਰਦਾਰ ਤਾੜੀਆਂ ਜਾਸਮ ਅੱਬਾਸੀ ਹਸਤੀ ਦੀ ਵਾਰੀ ਕਿ ਤੁਸੀਂ ਜਿੰਨੇ ਲੋਕ ਕੈਮਰਾ ਚਲਾਓ ਜੀ ਕੈਮਰਾ ਕਿਉਂਕਿ ਹੁਣ ਮੈਂ ਉਸ ਹਸਤੀ ਦਾ ਜ਼ਿਕਰ ਕਰਨ ਲੱਗਾ ਕਿ ਜਿਹੜਾ ਆਪ ਦੇ ਹਨੇਰੇ ਵਿੱਚ ਇਹਦੇ ਨੇ ਚਿਰਾਗ ਥੱਲੇ ਹਨੇਰਾ ਹੁੰਦਾ ਆਪ ਦੇ ਹਨੇਰੇ ਵਿੱਚ ਰਹਿੰਦਾ ਤੁਹਾਡੀਆਂ ਫਿਲਮਾਂ ਬਣਾ ਕੇ ਜਿੱਥੇ ਜਿੱਥੇ ਆਜ਼ਾਦੀ ਟ੍ਰੇਨ ਜਾਂਦੀ ਹੈ ਤੁਸੀਂ ਘਰ ਜਾ ਕੇ ਵੇਖੋਗੇ ਇਹ ਖਬਰਾਂ ਦੇ ਵਿੱਚ ਚੱਲ ਰਹੀ ਹੋਏਗੀ ਜਿਹੜਾ ਕੈਮਰਾਮੈਨ
ਇਹ ਸਾਰਾ ਕੰਮ ਕਰਦਾ ਹੈ ਉਹ ਮੈਂ ਚਾਹਾਂਗਾ ਕਿ ਉਹਦਾ ਤਾਰਫ ਕਰਵਾਵਾਂ ਕਿਉਂਕਿ ਉਹਦਾ ਤਾਰਫ ਬਹੁਤ ਜ਼ਰੂਰੀ ਹੈ ਤੁਹਾਡੇ ਇੱਧਰ ਆਓ ਜੀ ਜ਼ਰਾ ਤੁਸੀਂ ਕਿਉਂਕਿ ਉਹ ਤਾਂ ਰੋਸ਼ਨੀ ਹੈ ਇੱਧਰ ਆ ਜਾਓ ਤੇ ਤਾੜੀ ਇੰਜ ਦੀ ਮਾਰਨੀ ਜੇ ਕਿ ਸਵਾਦ ਆ ਜਾਏ ਇਸ ਪੂਰੇ ਇਸ ਪੂਰੇ ਪ੍ਰੋਗਰਾਮਾਂ ਨੂੰ ਜਿਹੜਾ ਬੰਦਾ ਟੀਵੀ ਦੇ ਵਿੱਚ ਚਲਾ ਰਿਹਾ ਹੈ ਜਿਹੜਾ ਪੂਰੀ ਕਵਰੇਜ ਕਰ ਰਿਹਾ ਹੈ ਕੈਮਰਾਮੈਨ ਮੁਹੰਮਦ ਆਸਿਫ ਇਸ ਟ੍ਰੇਨ ਵਿੱਚ ਸਫ਼ਰ ਕਰ ਰਹੇ ਹਾਂ ਗੋਸ਼ਤ ਵੀ ਖਾ ਰਹੇ ਹਾਂ ਸਬਜ਼ੀ ਵੀ ਖਾ ਰਹੇ ਹਾਂ ਚਟਨੀ ਵੀ ਖਾ ਰਹੇ ਹਾਂ ਲੇਕਿਨ ਕਿਸੇ ਬੰਦੇ ਦਾ ਪੇਟ ਖਰਾਬ ਨਹੀਂ ਹੋਇਆ ਕਿਉਂਕਿ ਸਾਡੀ ਡਾਈਨਿੰਗ ਕਾਰ ਦਾ ਜਿਹੜਾ ਇੰਚਾਰਜ ਹੈ ਉਹ ਆਪ ਖਾਨਦਾਨੀ ਸਰਦਾਰ ਫੈਮਿਲੀ ਨਾਲ ਤਾਲੁਕ ਰੱਖਦਾ ਹੈ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਮੁਹੰਮਦ ਬਾਬਰ ਚੌਧਰੀ ਸੇਵਨ ਦਾ ਸ਼ਹਿਦ ਇੱਕ ਦੂਜਾ ਜੰਮ
कलंदर अली अली मस्त कलंदर अली अली चलो जे मस्त कलंदर अली अली मस्त कलंदर मस्त कलंदर साजरा बंद करो साज बंद करो देखो सदका पंजा ते बारह का साढ़े नाल दरख्त भी अली अली करो मस्त कलंदर बंद कर इस ट्रेन नूं मेरे नाल मिलके तमस्त कलंदर तमस्त कलंदर सारा दासा ऐ सच्चा का और पिछले दा बावा कट के तमस्त कलंदर तमस्त कलंदर सारा दासा ऐ सच्चा का ऐ सच्चा का मन कुन तो नहीं बिच कोई राना नहीं बिच कोई राना बिच पापे जमिया बिच पापे जमिया मिलके नारा लाओ पाकिस्तान।